पंजाब के मुख्यमंत्री चरणजीत सिंह चन्नी के विधानसभा क्षेत्र चमकौर साहिब में गांव उधमपुर में किसी अज्ञात व्यक्तियों द्वारा पूर्व सरपंच व कांग्रेस नेता अवतार सिंह का गोलियों से मारकर कत्ल कर दिया गया। गाँव वासियों ने बताया कि घायल हुए अवतार सिंह को सरकारी अस्पताल मोरिंडा ले जाया गया, जहाँ डॉक्टरों ने उन्हें मृत घोषित कर दिया। मोरिंडा पुलिस के SHO इंस्पेक्टर बलजिंदर कौर की टीम द्वारा मौके पर जाकर जाँच शुरू कर दी गयी। उधर सूचना मिलते ही DSP चमकौर साहिब गुरुदेव सिंह भी मौके पर जायजा लेने के लिए पहुंचे कि सरदार अवतार सिंह जिहड़े इस पिंड दे नालां दे जिहड़े वासी ने ते पिछले दिन इह जिहड़े कोऑपरेटिव सोसाइटी चों रिटायर होए ने, अज सवेरे इह जिहड़ा दुद्ध पाण गए सी, दुद्ध पा के जदों वापस आए तां दो अणपछाते बंदिआं ने जिहड़ा मोटरसाइकिल ते आ के इहनां ते जिहड़ा हैगा फायरिंग कीती है ते ਜਿਨ੍ਹਾਂ ਨੂੰ ਤੁਰੰਤ ਹੋਸਪਿਟਲ ਲੈ ਕੇ ਗਏ ਹੈ, ਜਿੱਥੇ ਹੋਸਪਿਟਲ ਜਾ ਕੇ ਇਹਨਾਂ ਦੀ ਮੌਤ ਹੋ ਗਈ ਹੈ। ਅਸੀਂ ਮੌਕੇ ਦੀ ਜਿਹੜੀ ਤਫਤੀਸ਼ ਸਾਰੀ ਕਰ ਰਹੇ ਹਾਂ ਅਤੇ ਦੌਰਾਨੇ ਤਫਤੀਸ਼ ਜੋ ਸਾਡੇ ਸਾਹਮਣੇ ਆ ਰਹੀਆਂ ਗੱਲਾਂ ਅਸੀਂ ਵੱਖ ਵੱਖ ਐਂਗਲਾਂ ਤੋਂ ਉਹਨਾਂ ਨੂੰ ਘੋਖ ਰਹੇ ਹਾਂ ਅਤੇ ਜੋ ਵੀ ਸਾਹਮਣੇ ਆਉਂਦੀ ਅਸੀਂ ਤੁਹਾਨੂੰ ਬਾਅਦ 'ਚ ਰੰਜਸ ਦਾ ਮਾਮਲਾ ਲੱਗਦਾ ਕੋਈ ਮੁੱਢਲੀ ਜਾਂਚ, ਅਸੀਂ ਸਾਰੇ ਐਂਗਲਾਂ ਨੂੰ ਅਸੀਂ ਕਰ ਰਹੇ ਹਾਂ ਟਰੇਸ ਵੀ ਕਿੱਧਰੋਂ ਗੱਲ ਕਿੱਧਰ ਨੂੰ ਜਾ ਸਕਦੀ ਹੈ, ਉਹ ਸਾਰੇ ਅਸੀਂ ਐਂਗਲਾਂ ਤੋਂ ਇਹਨਾਂ ਦੇ ਪਰਿਵਾਰ ਨੂੰ ਵੀ ਪੁੱਛਗਿੱਛ ਕੀਤੀ ਹੈ ਪਿੰਡ 'ਚ ਵੀ ਅਤੇ ਬਾਕੀ ਹੋਰ ਵੀ ਅਸੀਂ ਐਂਗਲ ਜਿਹੜੇ ਹੈਗੇ ਸਾਰੇ ਦੇਖ ਰਹੇ ਹਾਂ। ਪਰਿਵਾਰ ਵਾਲਿਆਂ ਤਾਂ ਹਾਲੇ ਤੱਕ ਇਹ ਕਿਹਾ ਵੀ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਪਰੰਤੂ ਜਿਹੜੀ ਐਡੀ ਵਾਰਦਾਤ ਹੋਈ ਹੈ ਉਹਦੇ ਬਾਰੇ ਤਸਦੀਕ ਕਰ ਰਹੇ ਹਾਂ, ਅਸੀਂ ਜਲਦੀ ਤੁਹਾਨੂੰ ਦੱਸ ਦਾਂਗੇ ਕਿੰਨੇ ਰਾਊਂਡ ਚੱਲੇ ਨੇ ਜੀ। ਉਹ ਗਿਣਤੀ ਅਸੀਂ ਕਰ ਰਹੇ ਹਾਂ ਹਾਲੇ। ਪਤਾ ਨਹੀਂ ਜੀ ਕਿਆ ਕਹਿ ਸਕਦੇ ਹੈ, ਤਾਂ ਰੰਜਿਸ਼ ਲੱਗਦੀ ਹੈ ਕੋਈ ਕਿਸੇ ਦੀ ਦੱਸਿਆ ਨਹੀਂ ਜੀ ਕਦੇ। ਤੇ ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਜੀ ਬਾਪੇ ਨੂੰ? 8 ਵਜੇ ਤੋਂ ਪਹਿਲਾਂ ਦਾ ਜੀ ਸਰ, 8:16 ਤੇ ਤਾਂ ਅਸੀਂ ਉੱਥੇ ਜਾ ਰਹੇ ਸੀ ਜੀ ਹਸਪਤਾਲ। ਤੁਹਾਡੇ ਜਿਹੜੇ ਘਰਦਿਆਂ ਨੂੰ ਗੋਲੀਆਂ ਵੱਜੀਆਂ ਗਈਆਂ, ਇਹ ਤੁਹਾਡੇ ਘਰ ਦੇ ਬਾਹਰ ਹੀ ਹੋਈਆਂ ਜਾਂ ਕਿਤੇ ਬਾਹਰ ਕਿਤੇ? ਹਾਂਜੀ, ਬਾਹਰ ਗੇਟ ਮੂਹਰੇ ਜੀ। ਤੇ ਉਹ ਕਿੰਨਾ ਕਿੱਥੇ ਗਏ ਸੀ? ਦੁੱਧ ਪਾਉਣ ਗਏ ਸੀ ਜੀ। ਦਾ ਕੀ ਲੱਗਦਾ ਕੀ ਹੈ ਜੀ, ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਤੁਹਾਨੂੰ? ਪਤਾ ਨਹੀਂ ਜੀ ਕਿਉਂ ਗੋਲੀਆਂ ਮਾਰ ਕੇ ਗਏ ਜੀ, ਇੰਨੀਆਂ ਇਕੱਠੀਆਂ ਮਾਰੀਆਂ ਨੇ, ਰਗਦੀ ਤਾਂ ਰੰਜਿਸ਼ ਹੈ ਜੀ। ਕਦੇ ਤੁਹਾਡੇ ਨਾਲ ਉਹਨਾਂ ਨੇ ਜ਼ਿਕਰ ਕਰਿਆ ਵੀ ਮੈਨੂੰ ਕਿਸੇ ਤੋਂ ਖਤਰਾ ਹੈ? ਨਹੀਂ ਜੀ, ਅਜੇ ਤਾਂ ਕਦੇ ਨਹੀਂ ਜੀ ਕਰਿਆ ਜੀ। ਨਹੀਂ ਜੀ, ਤੁਸੀਂ ਕਰੇ ਸੀ? ਹਾਂਜੀ, ਮੈਂ ਰਸੋਈ 'ਚ ਸੀ ਜੀ, ਜਦੋਂ ਇੰਨੇ ਦਗੜ ਦਗੜ ਮੈਂ ਜਦੇ ਭੱਜ ਗਈ, ਜਾਹ ਰੌਲਾ ਜਿਹਾ ਮੈਨੂੰ ਲੱਗਿਆ ਵੀ ਕਹਾਂ। ਅਪਸੈਟ ਤਾਂ ਨਹੀਂ ਲੱਗ ਰਹੀ ਸੀ ਕਿ ਰਾਤ? ਨਹੀਂ ਜੀ, ਐਂ ਤਾਂ ਹੁਣ ਤਕਰੀਬਨ ਅਜੇ ਤਾਂ ਉੱਠੀ ਹੋ ਜਾਂਦੇ ਜੀ, ਡੰਗਰ ਰੱਖੇ ਹੋਏ ਆ ਜੀ, ਦੇਖਣੇ ਹੁੰਦੇ ਆ ਘੜੀ ਘੜੀ, ਫਿਰ ਗੋਲੀ ਲੈ ਲੈਂਦੇ ਜੀ, ਸਿਟਰਾਜਿਨ ਦੀ ਲੈ ਲੈਂਦੇ। ਸਵੇਰੇ ਨੋਰਮਲ ਸੀਗੀ ਉਮਰ? ਹਾਂਜੀ, ਰਾਤ ਫਿਰ ਦਵਾਈ ਲਈ ਸੀ ਜੀ, 2:30 ਵਜੇ ਲਈ ਸੀ ਗੋਲੀ। ਨੀਂਦ ਦੀ ਕਹਿੰਦੇ ਨੀਂਦ ਨਹੀਂ ਆਉਂਦੀ, ਨੀਂਦ ਦੀ ਗੋਲੀ ਲਈ। ਕੋਈ ਕਿਸੇ ਦਾ ਫੋਨ ਆਇਆ ਹੋਵੇ ਜੀ? ਪਤਾ ਨਹੀਂ ਜੀ, ਫੋਨ ਦਾ ਮੈਨੂੰ ਤਾਂ ਪਤਾ ਨਹੀਂ, ਆਈ ਹੋ ਜਾਂਦੇ ਸੀ ਜੀ ਉਹਨਾਂ ਕੋਈ ਫੋਨ ਕਿਸੇ ਦਾ ਕੁੱਤੇ ਲੱਗਦਾ, ਤੈਨੂੰ ਪਤਾ ਲੱਗਿਆ ਹੋਣਾ ਕੁਝ ਵੀ? ਨਹੀਂ ਜੀ, ਪਤਾ ਨਹੀਂ ਲੱਗਿਆ ਸੀ ਮੈਨੂੰ। ਕੋਈ ਲੈਣ ਦੇਣ ਕਿਸੇ ਨੂੰ? ਨਹੀਂ ਜੀ, ਉਦੋਂ ਆਏ ਫੜ ਹੁੰਦੇ ਹੀ ਆ ਮਾੜੇ ਮੋਟੇ ਜੇ, ਪਰ ਇਹਨਾਂ ਦੀ ਕਦੇ ਕੋਈ ਗੱਲ ਹੋਈ ਨਹੀਂ। ਘੁਮਾਉਂਦੇ ਘੁਮਾਉਂਦੇ ਹੁੰਦੇ ਆ, ਪੈਸੇ ਘੁਮਾ ਦਿੰਦੇ ਆ ਜੀ ਜਦੋਂ। ਤੇ ਤੁਹਾਡੇ ਘਰ ਦੇ ਵਿੱਚ ਹੋਰ ਕੌਣ ਕੌਣ ਹੈ? ਬਸ ਬੀਜੀ ਆ ਜੀ, ਬੇਬੇ ਜੀ ਆ ਤੇ ਬੱਚੇ ਤੁਹਾਡੇ? ਬੱਚਾ ਜੀ ਆ ਬਸ। ਬੱਚੇ ਬਾਹਰ ਆ ਜੀ। ਬੱਚੇ ਬਾਹਰ ਆ? ਕਿਹੜੀ ਜਗ੍ਹਾ ਤੇ ਆ ਜੀ ਬੱਚੇ? ਬੱਚੇ ਕੈਨੇਡਾ ਚ ਆ ਜੀ। ਕਿੰਨੇ ਬੱਚੇ ਆ ਜੀ? 3 ਬੱਚੇ ਆ ਜੀ, 2 ਬੇਟੀਆਂ ਇੱਕ ਬੇਟਾ ਜੀ। ਇਹ ਸੋਸਾਇਟੀ ਦੇ ਵਿੱਚ ਨੌਕਰੀ ਕਰਦੇ ਸੀਗੇ ਜੀ? ਹਾਂਜੀ। ਕੋਈ ਉੱਥੋਂ ਦਾ ਤਾਂ ਨਹੀਂ ਇਦਾਂ ਦਾ ਮਾਮਲਾ ਕਿ ਉੱਥੇ ਦੀ ਕੋਈ ਰੰਜਿਸ਼ਬਾਜੀ ਹੋਵੇ? ਪਤਾ ਨਹੀਂ ਜੀ, ਉਹ ਕਹਿੰਦੇ ਸੀ ਰੱਖਣ ਰੁੱਖਣ ਨੂੰ ਬੰਦਾ, ਮੇਰੇ ਕਹਿੰਦੇ ਵੀ ਜਿਹੜਾ ਹੁੰਦਾ ਵੀ ਰੱਖ ਲਓ, ਹੁਣ ਉਹ ਕਹਿੰਦੇ ਸੀ ਦੂ ਵੀ ਮੇਰੇ ਮੁੰਡਾ ਰੱਖੋ ਜੀ ਵਿੱਚ, ਜਿਹੜਾ ਪੀਅਨ ਸੀ। ਹਾਂਜੀ, ਰਿਟਾਇਰ ਹੋ ਗਏ ਸੀ ਨਾ ਜੀ? ਹਾਂਜੀ, ਰਿਟਾਇਰ ਹੋ ਗਏ ਸੀ। ਇਹਨਾਂ ਨੇ ਕਿਸੇ ਸਿਫਾਰਸ਼ ਤਾਂ ਨਹੀਂ ਕੀਤੀ ਜੀ ਬਾਈ? ਪਤਾ ਨਹੀਂ ਜੀ, ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਨਹੀਂ, ਮੈਨੂੰ ਕਹਿੰਦੇ ਸੀ ਵੀ ਮੈਂ ਮੂਹਰੇ ਨਹੀਂ ਆਉਣਾ ਕਿਸੇ ਗੱਲ 'ਤੇ, ਐਂ ਤਾਂ ਕਹਿੰਦੇ ਸੀ ਵੀ ਪਤਾ ਲੱਗ ਜਾਂਦਾ ਬਾਅਦ ਵਿੱਚ ਵੀ ਜਿੱਦਾਂ ਪਤਾ ਚੱਲਿਆ ਜੀ ਕੌਣ ਬੰਦੇ ਸੀ ਉਹ ਜਿਹੜੇ ਇਹਨਾਂ 'ਤੇ ਵਾਰਤਾ ਕਰਕੇ ਗਏ ਜੀ? ਨਹੀਂ ਜੀ, ਮੈਨੂੰ ਤਾਂ ਜੀ ਪਤਾ ਨਹੀਂ।
ਸਾਹਿਬ ਅਵਤਾਰ ਸਿੰਘ ਕਿਸ ਨੇਚਰ ਦੇ ਸੀ? ਬਹੁਤ ਵਧੀਆ, ਸਾਊ ਸੁਭਾਅ ਤਾਂ ਜੀ, ਚੰਗੇ ਨੇਕ ਬੰਦੇ ਸੀ ਹਰ ਪੱਖੋਂ, ਪੜ੍ਹੇ ਲਿਖੇ, ਇਮਾਨਦਾਰ। ਮੇਰੇ ਨਾਲ, ਮੈਂ ਮੈਨੇਜਰ ਰਿਟਾਇਰ ਹਾਂ ਚਮਕੌਰ ਸਾਹਿਬ, ਸ਼੍ਰੀ ਚਮਕੌਰ ਸਾਹਿਬ ਤੋਂ ਵੀ ਮੇਰੇ ਨਾਲ ਸੈਕਟਰੀ ਬਟਾਲੀਅਨ ਸੇਵਾ ਬਣਾਈ ਹੈ। ਮੈਂ 12 ਵਿੱਚ ਤੋਂ ਚਮਕੌਰ ਸਾਹਿਬ ਤੋਂ ਰਿਟਾਇਰ ਹੋਇਆ ਜੀ। ਪਿੰਡ ਵਿੱਚ ਇਹਨਾਂ ਦਾ ਕਿੱਦਾਂ ਦਾ? ਪਿੰਡ ਵਿੱਚ ਬਹੁਤ ਵਧੀਆ ਸੀ, ਕੋਈ ਲੜਾਈ ਝਗੜਾ ਹੁੰਦਾ ਉਹਨੂੰ ਇੱਥੇ ਹਿਟਲਰ ਲੈਵਲ ਨਿਬੇੜਨਾ ਚਾਹੁੰਦੇ ਸੀ। ਅਤੇ ਤੁਹਾਨੂੰ ਲੱਗਦਾ ਵੀ ਕੋਈ ਕਿਸੇ ਤਰ੍ਹਾਂ ਦੀ ਜਾਇਦਾਦ ਦਾ ਹੋ ਗਿਆ? ਨਹੀਂ, ਇਹੀ ਤਾਂ ਸਮਝ ਨਹੀਂ ਆਉਂਦਾ, ਜਿਹਨੇ ਮਿੰਟ ਵਿੱਚ ਕੁੱਤੇ ਨੂੰ ਮਾਰ ਲਿਆ ਮਾਰ ਕੇ ਲਾਂਗੇ ਜੀ। ਵੀ ਇਹਨਾਂ ਨੂੰ ਬਹੁਤ ਬਹੁਤ ਕਿਹੜੀ ਅਤੇ ਕਿਹੜੀ ਸਜ਼ਾ ਹੋ ਗਈ ਜਿਹਨੇ ਇਹ ਅੱਤਿਆਚਾਰ ਕਰਿਆ ਜੀ। ਅਤੇ ਜਿਹੜੀ ਤੁਸੀਂ ਫੁਟੇਜ ਵਗੈਰਾ CCTV ਕੈਮਰਿਆਂ ਦੇ ਵਿੱਚੋਂ ਕੁਛ ਦੇਖਿਆ ਜਾਂ ਆਇਆ? ਅਸੀਂ ਬਾਅਦ 'ਚ ਆਏ ਤੇ ਜੀ, ਸਾਨੂੰ ਪਤਾ ਲੱਗਿਆ, ਮੈਂ ਇੱਥੇ ਗੋਲੀਆਂ ਦੇਖੀਆਂ 9 ਨਿਸ਼ਾਨ। ਹਾਂ, ਮੈਂ ਗੱਡੀ ਵੀ ਟਾਕੀ ਬੰਦ ਕਰੀਏ ਗੱਡੀ ਦੀ, ਉਹ ਜ਼ਿਆਦਾ ਸਾਰੇ ਹੀ 4-5 ਗੋਲੀਆਂ ਲੱਗੀਆਂ। ਕੈਮਰੇ ਵਗੈਰਾ ਤਾਂ ਇੱਥੇ ਲੱਗੇ? ਕੈਮਰੇ ਨਹੀਂ ਲੱਗੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।